ਤੇ ਹੁਣ ਤੱਕ ਤੁਸੀਂ ਤਾਮਿਲਨਾਡੂ, ਗੁਜਰਾਤ, ਬਿਹਾਰ ਜਾਂ ਕਰਨਾਟਕਾ ਦਾ ਦੀ ਪੈਦਾਵਾਰ ਕੇਲੇ ਦੇ ਫਲ ਦਾ ਸਵਾਦ ਲਿਆ ਹੋਵੇਗਾ, ਪਰ ਬਹੁਤ ਜਲਦ ਹੁਣ ਪੰਜਾਬ ਚ ਵੀ ਜਿਹੜਾ ਹੈ ਕੇਲਿਆਂ ਦੇ ਫਲ ਦਾ ਸਵਾਦ ਲਿਆ ਜਾ ਸਕੇਗਾ। ਪੰਜਾਬ ਦੀ ਜ਼ਮੀਨ ਦੇ ਵਿਚ ਕੇਲਿਆਂ ਦੀ ਖੇਤੀ ਕਰਨ ਦੇ ਲਈ ਹਾਲਾਂਕਿ ਇਸ ਨੂੰ ਬਹੁਤ ਉਪਯੋਗੀ ਨਹੀਂ ਸਮਝਿਆ ਜਾਂਦਾ ਸੀ, ਪਰ ਇੱਥੋਂ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਕੇਲੇ ਦੀ ਖੇਤੀ ਵੀ ਇੱਥੇ ਹੋਣ ਲਾ ਦਿੱਤੀ ਹੈ। ਅਜਿਹਾ ਹੀ ਇਕ ਕਿਸਾਨ ਹੈ ਨੰਗਲ ਦਾ ਕਰਮ ਸਿੰਘ, ਜਿਸ ਨੇ ਆਪਣੇ ਖੇਤਾਂ ਚ ਰਵਾਇਤੀ ਖੇਤੀ ਛੱਡ ਕੇ ਕੇਲੇ ਦੀ ਕਾਸ਼ਤ ਸ਼ੁਰੂ ਕੀਤੀ ਹੈ। ਅਸੀਂ ਤੁਹਾਨੂੰ ਦਿਖਾਉਂਦੇ ਹਾਂ ਨਿਊਜ਼ 18 ਪੰਜਾਬ ਦੀ ਇਹ ਖਾਸ ਰਿਪੋਰਟ, ਤੁਸੀਂ ਦੇਖੋ ਇਹ ਰਿਪੋਰਟ ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਹੁਣ ਤੱਕ ਪੰਜਾਬ ਚ ਕੇਲੇ ਬਾਹਰਲੇ ਸੂਬਿਆਂ ਤੋਂ ਹੀ ਮੰਗਵਾਏ ਜਾਂਦੇ ਸੀ ਕਿਉਂਕਿ ਪੰਜਾਬ ਦੀ ਜ਼ਮੀਨ ਕੇਲਿਆਂ ਦੀ ਖੇਤੀ ਲਈ ਉਪਯੋਗੀ ਨਹੀਂ ਸੀ, ਪਰ ਹੁਣ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਕੇਲੇ ਦੀ ਖੇਤੀ ਕਰਕੇ ਲਹਿਰਾਂ ਬਹਿਰਾਂ ਲਾ ਦਿੱਤੀਆਂ ਨੇ। ਇਹ ਹੈ ਪਿੰਡ ਅਜੋਲੀ ਦਾ ਉਹ ਕਿਸਾਨ ਜਿਸ ਨੇ ਰਵਾਇਤੀ ਖੇਤੀ ਛੱਡ ਕੇ ਕੇਲੇ ਦੀ ਖੇਤੀ ਤੇ ਦਾਅ ਖੇਡਿਆ। ਸਖਤ ਮਿਹਨਤ ਦੀ ਬਦੌਲਤ ਸਫਲ ਵੀ ਹੋ ਗਿਆ। ਰੋਪੜ ਜ਼ਿਲ੍ਹੇ ਚ ਇਹ ਕ੍ਰਿਸ਼ਮਾ ਕਰਨ ਵਾਲਾ ਕਰਮ ਸਿੰਘ ਇੱਕ ਲੌਤਾ ਕਿਸਾਨ ਹੈ ਜਿਸ ਦੇ ਖੇਤਾਂ ਚ ਲਹਿਰਾਉਂਦੀ ਕੇਲਿਆਂ ਦੀ ਖੇਤੀ ਵੇਖ ਬਾਗਵਾਨੀ ਵਿਭਾਗ ਵੀ ਅਚੰਭੇ ਚ ਹੈ। ਬੇਸ਼ਕ ਕਰਮ ਸਿੰਘ ਨੇ ਇੱਕ ਏਕੜ ਚ 1200 ਬੂਟੇ ਹੀ ਲਾਏ, ਪਰ ਹੁਣ ਸਾਰੀ ਖੇਤੀ ਕੇਲਿਆਂ ਦੀ ਹੀ ਕਰਨ ਦਾ ਮਨ ਬਣਾ ਚੁੱਕਿਆ ਹੈ। ਇੱਕ ਏਕੜ ਕੇਲਿਆਂ ਦੀ ਖੇਤੀ ਲਈ ਮਹਿਜ਼ 1 ਲੱਖ ਰੁਪਏ ਦਾ ਖਰਚ ਆਉਂਦਾ, ਜਦਕਿ ਮੁਨਾਫਾ 4 ਗੁਣਾ ਹੈ। ਪਿਛਲੇ ਸਾਲ ਦੇ ਲੱਗੇ ਹੋਏ ਅਕਤੂਬਰ ਮਹੀਨੇ ਦੇ ਤੇ ਇਹ ਬਿਹਾਰ ਤੋਂ ਆਈ ਕੁਆਲਿਟੀ ਦੀ 1 ਕਿੱਲੇ ਦੇ ਵਿਚ 1200 ਬੂਟਾ ਜੀ। ਦੇਖਭਾਲ ਤਾਂ ਬਹੁਤ ਤਗੜੀ ਹੈਗੀ, ਜਿਆਦਾ ਕਰਨੀ ਪੈਂਦੀ। 1-2 ਭਈਏ ਸਾਨੂੰ ਵਿੱਚ ਹੀ ਰੱਖਣੇ ਪੈਂਦੇ ਗੁੱਡ ਗਡਾਈ ਵਾਸਤੇ, ਸਪਰੇ ਵਾਸਤੇ। ਰੋਪੜ ਜ਼ਿਲ੍ਹਿਆਂ ਚ ਕੇਲਿਆਂ ਦੀ ਖੇਤੀ ਕਰਨਾ ਸੌਖਾ ਨਹੀਂ ਸੀ। ਦੂਜਾ ਉਸ ਨੂੰ ਪੰਜਾਬ ਚ ਕੇਲਿਆਂ ਦੀ ਪਨੀਰੀ ਵੀ ਨਹੀਂ ਸੀ ਮਿਲ ਰਹੀ। ਕਰਮ ਸਿੰਘ ਨੂੰ ਕੇਲਿਆਂ ਦੀ ਖੇਤੀ ਦਾ ਸੁਝਾਅ ਬਿਹਾਰ ਦੇ ਇੱਕ ਮਜ਼ਦੂਰ ਨੇ ਦਿੱਤਾ ਸੀ ਜੋ ਕਰਮ ਸਿੰਘ ਦੇ ਖੇਤਾਂ ਚ ਕੰਮ ਕਰਦਾ ਹੈ। ਉਸ ਮਜ਼ਦੂਰ ਨੇ ਹੀ ਬਿਹਾਰ ਤੋਂ ਇਹ ਪਨੀਰੀ ਲਿਆਂਦੀ ਅਤੇ ਹੁਣ ਉਹ ਖੁਦ ਹੀ ਇਸ ਦੀ ਦਿਨ ਰਾਤ ਦੇਖਭਾਲ ਕਰਦਾ ਹੈ। ਲੇਕਿਨ ਖੇਤੀ ਤੇ ਯਹਾਂ ਪੰਜਾਬ ਮੈਂ ਪੂਰਾ ਪੰਜਾਬ ਸੇ ਯਹੀ ਮੈਂ ਦੇਖ ਰਹਾ ਹੂੰ, ਕਹੀਂ ਨਹੀਂ ਹੋਤਾ ਹੈ ਪੰਜਾਬ ਕੇ ਅੰਦਰ ਮੈਂ ਕਹੀਂ ਨਹੀਂ ਦੇਖਾ ਹੂੰ, ਯਹੀ ਪਰ ਹੋਤਾ ਹੈ, ਜਬ ਲਗਾਇਆ ਹੈ ਤਬ ਹੁਆ ਹੈ। ਬਿਹਾਰ ਮੈਂ ਹਮਾਰੇ ਬਿਹਾਰ ਮੈਂ ਜ਼ਿਆਦਾ ਕੇਲੇ ਕੇ ਖੇਤੀ ਹੋਤਾ ਹੈ, ਕੇਲਾ ਕੇ ਖੇਤੀ ਮੈਂ ਇਨਕਮ ਜ਼ਿਆਦਾ ਹੈ, ਬੇਨੀਫਿਟ ਜ਼ਿਆਦਾ ਹੈ, ਮਿਹਨਤ ਹੈ, ਥੋੜਾ ਬਹੁਤ ਮਿਹਨਤ ਲਗਤਾ ਹੈ ਤੋ ਫਿਰ ਫਾਇਦੇ ਵੀ ਹੋਤਾ ਹੈ। ਹੁਣ ਤੱਕ ਪਟਿਆਲਾ, ਲੁਧਿਆਣਾ, ਮੋਗਾ, ਅੰਮ੍ਰਿਤਸਰ ਅਤੇ ਫਰੀਦਕੋਟ ਚ ਵੱਡੇ ਪੱਧਰ ਤੇ ਕੇਲਿਆਂ ਦੀ ਖੇਤੀ ਕੀਤੀ ਜਾ ਰਹੀ ਹੈ। ਕਿਸਾਨ ਹੋਰਨਾਂ ਫਸਲਾਂ ਦੇ ਬਦਲੇ ਕੇਲੇ ਤੋਂ ਵਧੀਆ ਆਮਦਨ ਲੈ ਰਹੇ ਨੇ। ਵਧੀਆ ਆਮਦਨ ਹੋਣ ਕਰਕੇ ਪੰਜਾਬ ਚ ਹੁਣ ਕੇਲਿਆਂ ਦੀ ਖੇਤੀ ਦਾ ਰਕਬਾ 600 ਹੈਕਟੇਅਰ ਤੋਂ ਵੀ ਜ਼ਿਆਦਾ ਹੋ ਚੁੱਕਿਆ ਹੈ। ਪੰਜਾਬ ਦੇ ਕਿਸਾਨਾਂ ਨੇ ਬੇਸ਼ੱਕ ਆਪਣੀਆਂ ਸਖਤ ਮਿਹਨਤਾਂ ਸਦਕਾ ਕੇਲਿਆਂ ਦੀ ਪੈਦਾਵਾਰ ਤਾਂ ਕਰ ਦਿੱਤੀ ਹੈ, ਪਰ ਹੁਣ ਉਮੀਦ ਇਹੋ ਕਰਦੇ ਹਾਂ ਕਿ ਕਰਜ਼ੇ ਦੇ ਚੱਕਰਾਂ ਚ ਤੇ ਫਸਲੀ ਚੱਕਰ ਚ ਉਲਝੇ ਇਨ੍ਹਾਂ ਕਿਸਾਨਾਂ ਨੂੰ ਪੰਜਾਬ ਅੰਦਰ ਕੇਲੇ ਦੀ ਮਾਰਕੀਟ ਦੀ ਕੋਈ ਸਮੱਸਿਆ ਨਾ ਆਵੇ। ਨੰਗਲ ਤੋਂ ਰਾਜਕੁਮਾਰ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।